अज शहीदां दी पावन धरती गुरद्वारा छोटा घल्लूघारा साहब जिथे 11,000 सिंघां ते सिंघणियां ने अज दे दिन शहादत दित्ती सी उस शहादत नूं समर्पित यह नगर कीर्तन जिहड़ा 15 तरीक नूं इत्थे 15-5 नूं आरंभ हुंदा वा वो अज भी हो रहा है। 16 तरीक नूं ढाडी दरबार ते 17 नूं इत्थे टूरनामेंट हुंदा। मैं नौजवान अपने वीरां नूं बेनती करना चाहुंदा कि जिन्हां सिंघां सिंघणियां ने साडे लई शहादत दे के अज दे दिन सानूं इत्थे इस जगह ते खलोण जोगा कीता वा सिख कौम च जे साडा नां रोशन कीता उन्हां दी याद नूं समर्पित असी नशे त्याग के गुरबाणी दे लड़ लगीए ते शहीदां नूं सच्ची श्रद्धांजलि इहो होवेगी कि असी बाणी दे लड़ लगीए ते नशियां दा त्याग करिए तां ही असी गुरु दे लड़ लग सकदे आं। उन्हां सिंघां सिंघणियां दी तां ही असी आशीर्वाद लै सकदे आं। शहीद की जो मौत है कौम की हजात है, हजात भी हजात है, मौत भी हजात है। अज असी माण करते हैं उन्हां कौमी प्रमाणियां ते जिन्हां ने 1746 ईस्वी नूं इस घने जंगल विच जिहड़ा मीलां की लंबाई चौड़ाई भी सी इह जंगल विच आ के पहरा दिता ते दुश्मन दीआं फौजां ने जइया खां ते लखपत दीआं फौजां ने खालसा कौम नूं घेरा पा लिया। ਇਹ ਤਹੱਈਆ ਕਰ ਲਿਆ ਕਿ ਸਿੱਖ ਕੌਮ ਦਾ ਬੱਚਾ ਬੱਚਾ ਮਾਰ ਦੇਣਾ, ਰਹਿਣ ਨਹੀਂ ਦੇਣਾ। ਤਾਂ ਉਸ ਸਮੇਂ ਬਹੁਤ ਵੱਡਾ ਯੁੱਧ ਹੋਇਆ ਉਹਨਾਂ ਮਹਾਨ ਸੂਰਮਿਆਂ ਦੀ ਯਾਦ ਵਿੱਚ, ਉਹਨਾਂ ਕੌਮੀ ਪ੍ਰਵਾਨਿਆਂ ਦੀ ਯਾਦ ਵਿੱਚ, ਉਹਨਾਂ 11,000 ਸ਼ਹੀਦਾਂ ਨੂੰ ਸਮਰਪਿਤ। ਵਾਰ ਵਾਰ ਕੌਮ ਸਿਰ ਝੁਕਾਉਂਦੀ ਹੈ, ਰੋਜ਼ਾਨਾ ਮੇਲੇ ਲੱਗਦੇ ਆ, ਪਰ ਇਹ ਮਈ ਦਾ ਮਹੀਨਾ ਜਦੋਂ ਇੱਥੇ ਯੁੱਧ ਹੋਇਆ ਉਸ ਦਿਨਾਂ ਦੇ ਦੌਰਾਨ ਅਸੀਂ ਹਰ ਸਾਲ 15 ਮਈ ਨੂੰ ਨਗਰ ਕੀਰਤਨ ਦਾ ਆਯੋਜਿਤ ਕਰਦੇ ਹਾਂ। ਜਿਹੜਾ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਗੁਰਦਾਸਪੁਰ ਪਹੁੰਚਦਾ ਹੈ, ਗੁਰਦਾਸਪੁਰ ਸ਼ਹਿਰ ਵਿੱਚ ਘੁੰਮ ਕੇ, ਕਿਉਂਕਿ ਜ਼ਿਲ੍ਹਾ ਹੈੱਡਕੁਆਟਰ ਹੈ, ਸਾਰੇ ਜ਼ਿਲ੍ਹੇ 'ਚ ਸੰਦੇਸ਼ ਜਾਂਦਾ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ, ਸਿੱਖ ਕੌਮ ਦੀ ਸ਼ਹਾਦਤ ਦਾ। ਅਤੇ ਗੁਰਦਾਸਪੁਰ ਤੋਂ ਕਾਨਵਣ ਅਤੇ ਕਾਨਵਣ ਤੋਂ ਬੇੜ 'ਚੋਂ ਘੁੰਮਦਾ ਹੋਇਆ ਦਰਿਆ ਬਿਆਸ ਦੇ ਕਿਨਾਰੇ ਜਾਂਦਾ ਹੋਇਆ ਪੁਰਾਣੇ ਸ਼ਾਲਿਆਂ ਤੋਂ ਵਾਪਸ ਘੱਲੂਘਾਰਾ ਸਾਹਿਬ ਪਹੁੰਚਦਾ ਹੈ। ਕਿਉਂਕਿ ਸਾਡਾ ਸਭ ਦਾ ਨਿਸ਼ਾਨਾ ਇਹੀ ਹੈ, ਬਾਣੀ ਅਤੇ ਬਾਣੇ ਦੇ ਧਾਰਨੀ ਬਣਨਾ, ਅੰਮ੍ਰਿਤ ਸੰਚਾਰ ਹੋਣਾ, ਔਰ ਕੌਮ ਨੂੰ ਪ੍ਰੇਰਨਾ ਦੇਣੀ ਆ, ਨੌਜਵਾਨਾਂ ਨੂੰ ਪ੍ਰੇਰਨਾ ਦੇਣੀ ਆ, ਨਸ਼ਿਆਂ ਤੋਂ ਦੂਰ ਕਰਨਾ, ਬਾਣੀ ਦੇ ਬਾਣੇ ਨਾਲ ਜੋੜ ਕੇ ਪੰਥ ਦਾ ਪ੍ਰਚਾਰ, ਕੌਮ ਦੀ ਚੜ੍ਹਦੀ ਕਲਾ ਲਈ, ਦੇਸ਼ ਦੀ ਆਜ਼ਾਦੀ ਲਈ ਹਰ ਕੰਮ ਕਰਨ ਲਈ ਅਸੀਂ ਇੱਥੋਂ ਉਤੇਜਿਤ ਕਰਨਾ ਆਪਣੇ ਬੱਚਿਆਂ ਨੂੰ, ਆਪਣੀ ਕੌਮ ਨੂੰ, ਇਹੀ ਸਾਡਾ ਨਿਸ਼ਾਨਾ ਹੈ। ਅੱਜ ਦਾ ਨਿਸ਼ਾਨਾ ਨਗਰ ਕੀਰਤਨ ਆ, ਔਰ ਅਗਲੇ ਦਿਨ 16 ਮਈ ਵਾਲੇ ਦਿਨ ਹਰ ਸਾਲ ਧਾਰਮਿਕ ਦੀਵਾਰ ਹੁੰਦਾ, ਇਸ ਸਾਲ ਢਾਡੀ ਦਰਬਾਰ ਹੋ ਰਿਹਾ, ਉੱਚ ਕੋਟੀ ਦੇ ਢਾਡੀ ਜਥੇ ਜਿਹੜੇ ਆ ਕੇ ਸਾਰਾ ਦਿਨ ਢਾਡੀ ਬਾਰਾਂ ਰਾਹੀਂ ਕੌਮ ਦਾ ਇਤਿਹਾਸ, ਸ਼ਹੀਦਾਂ ਦਾ ਸਥਾਨ ਸੰਗਤ ਨਾਲ ਸਾਂਝਾ ਕਰਨਗੇ। ਅਤੇ ਉਸ ਤੋਂ ਅਗਲੇ ਦਿਨ ਨਵਾਬ ਕਪੂਰ ਸਿੰਘ ਜੀ ਦੇ ਨਾਂ 'ਤੇ 17 ਮਈ ਵਾਲੇ ਦਿਨ ਵੱਡੀ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ, ਜਿਹਦੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਦਿੱਲੀ ਤੋਂ ਟੀਮਾਂ ਆਉਂਦੀਆਂ, ਇਸ ਸਾਲ ਵੀ ਆ ਰਹੀਆਂ, ਔਰ ਟੀਮਾਂ ਆ ਕੇ ਆਪਣੇ ਜ਼ੋਰ ਦਿਖਾਉਂਦੀਆਂ, ਬੱਚਿਆਂ ਨੂੰ ਪਤਾ ਲੱਗੇ ਕਿ ਨਸ਼ੇ ਛੱਡ ਕੇ ਜਵਾਨੀ ਨੂੰ ਕਾਇਮ ਰੱਖਣ ਲਈ, ਖੇਡਾਂ 'ਚ ਸ਼ਾਮਿਲ ਹੋਣ ਲਈ ਕਿਵੇਂ ਇਹ ਜਵਾਨਾਂ ਦੇ ਡੌਲੇ ਦਿਸਦੇ ਆ, ਕਿਵੇਂ ਇਹਨਾਂ ਨੇ ਕਮਾਈ ਕੀਤੀ ਹੋਈ, ਇਸ ਤਰ੍ਹਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਇਹ ਟੂਰਨਾਮੈਂਟ ਕਰਵਾਏ ਜਾਂਦੇ ਆ, ਲੜਕੀਆਂ ਦੀਆਂ ਟੀਮਾਂ, ਲੜਕੀਆਂ ਦੀਆਂ ਟੀਮਾਂ ਸਾਰੀਆਂ ਸ਼ਾਮਿਲ ਹੁੰਦੀਆਂ। ਔਰ ਮੈਨੂੰ ਖੁਸ਼ੀ ਹੈ ਕਿ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ, ਸਾਰਿਆਂ ਪਿੰਡਾਂ ਵਿੱਚੋਂ, ਸਾਰੇ ਇਲਾਕੇ ਵਿੱਚੋਂ ਟਰਾਲੀਆਂ ਲੈ ਕੇ, ਕਾਰਾਂ, ਮੋਟਰਸਾਈਕਲਾਂ 'ਤੇ ਨੌਜਵਾਨ ਆਏ ਨੇ, ਔਰ ਉਹਨਾਂ ਸ਼ਹੀਦਾਂ ਨੂੰ ਵਾਰ ਵਾਰ ਨਮਸਕਾਰ ਕਰਦੇ ਨੇ, ਵਾਰ ਵਾਰ ਸਲਾਮ ਕਰਦੇ ਨੇ, ਵਾਰ ਵਾਰ ਸਤਿਕਾਰ ਕਰਦੇ ਨੇ। ਅਤੇ ਇਹੀ ਸਾਡਾ ਨਿਸ਼ਾਨਾ ਕਿ ਆਉਣ ਵਾਲੀ ਪੀੜ੍ਹੀ ਸੇਧ ਲਏ ਉਹਨਾਂ 11,000 ਕੌਮੀ ਸ਼ਹੀਦਾਂ ਤੋਂ, ਤਾਂ ਜੋ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਚੜ੍ਹਦੀ ਕਲਾ ਨਾਲ ਵਿਚਰ ਸਕੀਏ। ਅੱਜ ਲੋੜ ਆ ਇੱਕ ਬੱਚਾ ਅੰਮ੍ਰਿਤਧਾਰੀ ਹੋਵੇ, ਬਾਣੀ ਅਤੇ ਬਾਣੇ ਦਾ ਧਾਰਨੀ ਬਣ ਕੇ ਪੰਥ ਦੀ, ਕੌਮ ਦੀ, ਦੇਸ਼ ਦੀ ਸੇਵਾ ਕਰੇ। ਅੱਜ ਦੇ ਇਸ ਨਗਰ ਕੀਰਤਨ ਦਾ ਇਹੀ ਉਦੇਸ਼ ਅਤੇ ਮਨੋਰਥ ਹੈ, ਔਰ ਮੈਂ ਸਮਝਦਾ ਕਿ ਅਸੀਂ ਇਸ ਮਨੋਰਥ ਵਿੱਚ ਸਫਲ ਹੋ ਰਹੇ ਹਾਂ। ਵਾਹਿਗੁਰੂ ਕਿਰਪਾ ਕਰੇ, ਸਾਨੂੰ ਹੋਰ ਸਫਲਤਾਵਾਂ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਅੱਜ ਜੋ ਇਹ ਘੱਲੂਘਾਰਾ ਸਾਹਿਬ ਸ਼ਹੀਦਾਂ ਦਾ ਸਥਾਨ ਆ, ਇੱਥੇ 11,000 ਜਿਹੜਾ ਸਿੰਘ ਸ਼ਹੀਦ ਹੋਇਆ ਸੀਗਾ ਉਸ ਸਥਾਨ 'ਤੇ ਨਗਰ ਕੀਰਤਨ ਦੀ ਆਰੰਭਤਾ ਹੋ ਰਹੀ ਆ। ਇਹ ਸਥਾਨ ਦੀ ਬੜੀ ਮਹੱਤਤਾ ਆ, ਇਹ ਸਾਨੂੰ ਸਾਰਿਆਂ ਨੂੰ, ਇਲਾਕੇ ਦੀਆਂ ਸੰਗਤਾਂ ਨੂੰ ਇਸ ਸਥਾਨ ਦੇ ਨਾਲ ਜੋੜਨਾ ਚਾਹੀਦਾ ਆ, ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਇਸ ਸਥਾਨ ਦੇ ਨਾਲ ਜੋੜਨਾ ਚਾਹੀਦਾ, ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਸਿੱਖ ਕੌਮ ਦੀ ਕੀ ਹਿਸਟਰੀ ਆ, ਜਿੱਦਾਂ ਅੱਜ ਨਸ਼ਿਆਂ ਦੇ ਵਿੱਚ ਨੌਜਵਾਨ ਜਾ ਰਹੇ ਆ, ਪਤੇ ਧੋ ਰਹੇ ਆ, ਅਸੀਂ ਪਰਿਵਾਰਕ ਰੂਪ ਵਿੱਚ ਤਗੜੇ ਹੋ ਕੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ, ਸ਼ਹੀਦਾਂ ਦੇ ਸਥਾਨ ਨਾਲ
जोड़ांगे साड़ी सिक्खी जड़ी आ वधे फुलेगी ते ओ मोबाइलां तो होर ना माड़े कमां तो जड़ी आ ओ लांबे होवेगी ते सिक्खी नाल जुड़ेगी। सो गुरु प्यारे हो इलाका निवासी हो तगड़े हो के अपने बच्चियां नूं इत्थे स्थान नाल जोड़ो।